ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਲਈ ਅੱਜ ਨੋਮੀਨੇਸ਼ਨ ਹੈ। 21 ਜੂਨ ਤੱਕ ਭਰੇ ਜਾਣਗੇ ਨੋਮੀਨੇਸ਼ਨ ਔਰ 10 ਜੁਲਾਈ ਨੂੰ ਵੋਟਿੰਗ ਹੋਏਗੀ। 13 ਜੁਲਾਈ ਨੂੰ ਨਤੀਜੇ ਜਿਹੜੇ ਨੇ ਉਹ ਐਲਾਨੇ ਜਾਣਗੇ ਔਰ ਅਜੇ ਤੱਕ ਕਿਸੇ ਵੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਜਿਹੜਾ ਨਹੀਂ ਕੀਤਾ। ਦੇਸ਼ ਦੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਦੇ ਲਈ ਬਾਈਪੋਲ ਹੈ। ਸ਼ੀਤਲ ਲੰਗੂਰਾਲ ਦੇ ਅਸਤੀਫੇ ਤੋਂ ਬਾਅਦ ਸੀਟ ਜਿਹੜੀ ਅਕਾਲੀ ਹੋਈ ਸੀ। ਆਮ ਆਦਮੀ ਪਾਰਟੀ ਛੱਡ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਸ਼ੀਤਲ ਲੰਗੂਰਾਲ। ਸੋ 10 ਜੁਲਾਈ ਨੂੰ ਹੋਵੇਗੀ ਵੋਟਿੰਗ, 13 ਨੂੰ ਜਿਹੜੇ ਨਤੀਜੇ ਆਉਣਗੇ। ਨੋਮੀਨੇਸ਼ਨ ਭਰਨ ਦਾ ਅੱਜ ਦਿਨ ਹੈ। ਅਜੇ ਤੱਕ ਕਿਸੇ ਵੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਇਸ ਨੂੰ ਲੈ ਕੇ ਨਹੀਂ ਕੀਤਾ ਹੈ ਔਰ ਦੇਸ਼ ਦੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਦੇ ਲਈ ਬਾਈਪੋਲ ਯਾਨੀ ਕਿ ਜ਼ਿਮਨੀ ਚੋਣਾਂ ਹੋਣੀਆਂ ਨੇ। ਸ਼ੀਤਲ ਲੰਗੂਰਾਲ ਦੇ ਅਸਤੀਫੇ ਤੋਂ ਬਾਅਦ ਸੀਟ ਆ ਜਿਹੜੀ ਇਹ ਜਲੰਧਰ ਪੱਛਮੀ ਦੀ ਖਾਲੀ ਹੋ ਗਈ ਸੀ ਅਤੇ ਇਸ ਦੇ ਉੱਪਰ ਬਾਈਪੋਲ ਜਿਹੜੀ ਆ ਉਹ ਹੁਣ ਹੋਣੀ ਹੈ। ਜਲੰਧਰ ਪੱਛਮੀ ਸੀਟ ਜਿਹੜਾ ਉਸਦੇ ਉੱਪਰ ਬਾਈਪੋਲ। ਸੋ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਸ਼ੀਤਲ ਲੰਗੂਰਾਲ। ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਲਈ ਅੱਜ ਨੋਮੀਨੇਸ਼ਨ ਹੈ ਯਾਨੀ ਕਿ ਨਾਮਜ਼ਦਗੀ ਦਾ ਦਿਨ ਹੈ ਔਰ 21 ਜੂਨ ਤੱਕ ਨੋਮੀਨੇਸ਼ਨ ਇਸ 'ਤੇ ਭਰੇ ਜਾਣਗੇ। ਦੱਸ ਦਈਏ ਕਿ 10 ਜੁਲਾਈ ਨੂੰ ਵੋਟਿੰਗ ਹੋਣੀ ਹੈ ਅਤੇ 13 ਜੁਲਾਈ ਨੂੰ ਇਸ ਚੋਣ ਦੇ ਨਤੀਜੇ ਆਉਣਗੇ ਜਲੰਧਰ ਪੱਛਮੀ। ਅਜੇ ਤੱਕ ਕਿਸੇ ਵੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਹੈ ਉਹ ਨਹੀਂ ਕੀਤਾ। ਜ਼ਿਮਨੀ ਚੋਣ ਦੇ ਲਈ ਅੱਜ ਨੋਮੀਨੇਸ਼ਨ ਹੈ। ਦੇਸ਼ ਦੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਦੇ ਲਈ ਬਾਈਪੋਲ ਹੋਣੀ ਹੈ। ਜਲੰਧਰ ਪੱਛਮੀ ਦੀ ਜੇਕਰ ਗੱਲ ਕਰੀਏ ਤਾਂ ਸ਼ੀਤਲ ਲੰਗੂਰਾਲ 2022 ਦੀ ਵਿਧਾਨ ਸਭਾ ਚੋਣ ਦੇ ਵਿੱਚ ਇਸੇ ਸੀਟ ਤੋਂ ਚੁਣ ਕੇ ਆਏ ਸੀ ਆਮ ਆਦਮੀ ਪਾਰਟੀ ਦੇ ਵੱਲੋਂ, ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤਲ ਲੰਗੂਰਾਲ ਜਿਹੜਾ ਉਹ BJP ਦੇ ਨਾਲ ਚਲੇ ਜਾਂਦੇ ਨੇ ਔਰ ਅਸਤੀਫਾ ਜਿਹੜਾ ਆਪਣਾ ਸੌਂਪ ਦਿੰਦੇ ਨੇ। ਪਿਛਲੇ ਦਿਨ ਹੀ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਗਿਆ ਔਰ ਜ਼ਿਮਨੀ ਚੋਣ ਜਿਹੜੀ ਆ ਹੁਣ ਜਲੰਧਰ ਪੱਛਮੀ ਦੀ ਸੀਟ ਦੇ ਉੱਪਰ ਹੋਏਗੀ। ਪਰ ਹਾਲ ਦੀ ਘੜੀ ਤੱਕ ਕਿਸੇ ਵੀ ਪਾਰਟੀ ਦੇ ਵੱਲੋਂ ਜੋ ਉਮੀਦਵਾਰ ਦਾ ਐਲਾਨ ਹੈ ਜਿਹੜਾ ਨਹੀਂ ਕੀਤਾ ਗਿਆ। 10 ਜੁਲਾਈ ਨੂੰ ਚੋਣ ਹੋਣੀ ਹੈ ਅਤੇ 13 ਜੁਲਾਈ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ ਇਸ ਜੋ ਜ਼ਿਮਨੀ ਚੋਣ ਦੇ, ਅਤੇ 21 ਜੂਨ ਤੱਕ ਨੋਮੀਨੇਸ਼ਨ ਜਿਹੜੇ ਆ ਉਹ ਭਰੇ ਜਾ ਸਕਦੇ ਨੇ। ਪਰ ਕਿਸੇ ਵੀ ਪਾਰਟੀ ਦੇ ਵੱਲੋਂ ਹਾਲੇ ਤੱਕ ਨੋਮੀਨੇਸ਼ਨ ਜਿਹੜਾ ਜਾਂ ਕਿਸੇ ਉਮੀਦਵਾਰ ਦਾ ਐਲਾਨ ਹੈ ਜਿਹੜਾ ਉਹ ਨਹੀਂ ਕੀਤਾ ਗਿਆ।